ਸਤਿ ਸ੍ਰੀ ਅਕਾਲ। ਅੱਜ ਅਸੀਂ ਪੰਜਾਬੀ ਪੁਸਤਕ 8ਵੀਂ ਜਮਾਤ ਵਿੱਚੋਂ ਪਾਠ ਨੰਬਰ 2 ਪੀਮੀ ਦੇ ਨਿਆਣੇ ਕਹਾਣੀ ਕਰਾਂਗੇ। ਆਓ ਸ਼ੁਰੂ ਕਰਦੇ ਹਾਂ ਪਾਠ ਦੂਜਾ, ਪੀਮੀ ਦੇ ਨਿਆਣੇ। 20 ਕੁ ਸਾਲ ਪਹਿਲਾਂ ਦੀ ਗੱਲ ਹੈ। ਮੈਂ 7 ਕੁ ਵਰੇ ਦਾ ਸਾਂ ਤੇ ਮੇਰੀ ਵੱਡੀ ਭੈਣ 11 ਵਰੇ ਦੀ ਸੀ। ਸਾਡਾ ਖੇਤ ਘਰੋਂ ਮੀਲ ਕੁ ਦੂਰੀ ਦੇ ਵਿੱਚ ਤੇ ਸੀ। ਅੱਧ ਵਿਚਕਾਰੋਂ ਇੱਕ ਜਰਨੈਲੀ ਸੜਕ ਲੰਘਦੀ ਸੀ, ਜਿਸ ਵਿੱਚੋਂ ਜਾਂਗਲੀਆਂ, ਪਠਾਣਾ, ਰਾਸ਼ੀਆਂ ਤੇ ਹੋਰ ਪਰਦੇਸੀਆਂ ਦਾ ਕਾਫਲਾ ਲੰਘਾ ਸੀ। ਅਸੀਂ ਸਭ ਅਣਜਾਣੇ, ਜਿਨ੍ਹਾਂ ਨੂੰ ਰਾਸ਼ੀਆਂ ਤੋਂ ਘਰ ਬੈਠਿਆਂ ਵੀ ਡਰ ਆਉਂਦਾ ਸੀ, ਇਹ ਸੜਕ ਵਿੱਚੋਂ ਦੀ ਕਿਸੇ ਸਿਆਣੇ ਦੇ ਸਾਥ ਤੋਂ ਬਗੈਰ ਲੰਘਣ ਤੋਂ ਬਹੁ ਭੈ ਖਾਂਦਾ ਸਾਂ। ਪਰ ਟੰਟਾ ਇਹ ਸੀ ਕਿ ਇੱਕ ਵੇਲੇ ਬਾਪੂ ਅਤੇ ਕਾਮੇ ਦੀ ਰੋਟੀ ਫੜਾਉਣ ਜ਼ਰੂਰ ਜਾਣਾ ਪੈਂਦਾ ਸੀ ਤੇ ਸਾਡੀ ਅਵਸਥਾ ਹਰ ਰੋਜ਼ ਇੱਕ ਮੁਸ਼ਕਿਲ ਘਾਟੀ ਲੰਘਣ ਵਾਲੀ ਹੁੰਦੀ ਸੀ। ਆਮ ਤੌਰ ਤੇ ਘਰੋਂ ਹੌਸਲਾ ਕਰਕੇ ਇਕੱਲੇ ਹੀ ਤੁਰ ਪੈਂਦੇ, ਪਰ ਜਦ ਸੜਕ 3 ਕੁ ਘੁਮਾਓ ਦੀ ਵਿੱਤੇ ਰਹਿ ਜਾਂਦੀ ਤਾਂ ਨਹਿਰ ਦਾ ਸੂਆ ਟੱਪਣ ਲੱਗੇ ਪਠੋਰਿਆਂ ਵਾਕੁਲ ਖਲੋ ਕੇ ਆਸੇ ਪਾਸੇ ਤੱਕਣ ਲੱਗ ਜਾਂਦੇ, ਤਾਂ ਜੋ ਕਿਸੇ ਪਿੰਡ ਆਉਂਦੇ ਜਾਂਦੇ ਸਿਆਣੇ ਦੀ ਸ਼ਰਨ ਲੈ ਕੇ ਪੈ ਸਾਗਰ ਨੂੰ ਤਰਨ ਜੋਗੇ ਹੋ ਜਾਈਏ। ਸਾਨੂੰ ਧਾਰਮਿਕ ਸਿੱਖਿਆ ਵੀ ਕੁਝ ਇਸ ਕਿਸਮ ਦੀ ਮਿਲ ਰਹੀ ਸੀ ਕਿ ਅਜਿਹੇ ਡਰ ਸਾਡੇ ਸੁਭਾਵਾਂ ਦਾ ਹਿੱਸਾ ਬਣ ਗਏ ਸਨ। ਹਰ ਰੋਜ਼ ਸ਼ਾਮ ਨੂੰ ਅਸੀਂ ਘਰ ਸਿਆਣਿਆਂ ਕੋਲੋਂ ਨਰਕ ਸਵਰਗ ਦੀਆਂ ਕਹਾਣੀਆਂ ਸੁਣਦੇ। ਸਵਰਗ ਤਾਂ ਸਾਨੂੰ ਖੇਡ ਤੋਂ ਬਾਹਰ ਕਿਤੇ ਘੱਟ ਹੀ ਪ੍ਰਾਪਤ ਹੁੰਦਾ, ਪਰ ਨਰਕ ਦੇ ਹਰ ਥਾਂ ਖੁੱਲ੍ਹੇ ਗੱਫੇ ਮਿਲਦੇ। ਸਭ ਤੋਂ ਵੱਡਾ ਨਰਕ ਮਦਰੱਸਾ ਸੀ ਤੇ ਜੇ ਉਸ ਤੋਂ ਕਿਸੇ ਦਿਨ ਛੁੱਟ ਜਾਂਦੇ ਤਾਂ ਖੇਤ ਰੋਟੀ ਦੇਣ ਜਾਣ ਦਾ ਨਰਕ ਪੇਸ਼ ਆ ਜਾਂਦਾ। ਗੱਲ ਕੀ ਸਾਡੇ ਅਣਜਾਣੇ ਰਾਹ ਤੇ ਇੱਕ ਮੋੜ ਤੇ ਨਰਕ ਜਾਣੋ ਘਾਤ ਲਈ ਖਲੋਤਾ ਹੁੰਦਾ। ਖਬਰੇ ਇਹ ਸੜਕ ਦਾ ਭੈ ਸਾਗਰ ਲੰਘਣ ਕਰਕੇ ਸਾਨੂੰ ਖੇਤ ਜਾਣਾ ਨਰਕ ਲੱਗਦਾ ਸੀ, ਜਾਂ ਖੇਤ ਰੋਟੀ ਲੈ ਜਾਣ ਲੱਗੇ ਇਸ ਸੜਕ ਨੂੰ ਲੰਘਣਾ ਪੈਣ ਕਰਕੇ ਇਹ ਸਾਨੂੰ ਭੈ ਸਾਗਰ ਦਿਖਾਈ ਦਿੰਦੀ ਸੀ। ਮੈਂ ਇਸ ਦੀ ਬਾਬਤ ਯਕੀਨ ਨਾਲ ਕੁਝ ਨਹੀਂ ਕਹਿ ਸਕਦਾ। ਇਹ ਮੈਨੂੰ ਪਤਾ ਹੈ ਕਿ ਖੇਤ ਸਵਰਗ ਸੀ ਤੇ ਰੋਟੀ ਲੈ ਕੇ ਜਾਣ ਦੀ ਖੇਚਲ ਨਰਕ, ਅਤੇ ਉਹ ਜਰਨੈਲੀ ਸੜਕ ਵਿਚਕਾਰਲਾ ਭੈ ਸਾਗਰ। ਸਿਆਲ ਦੇ ਦਿਨ ਸਾਂ, ਅਸੀਂ ਦੋਵੇਂ ਭੈਣ ਭਰਾ ਦੁਪਹਿਰ ਦੀ ਰੋਟੀ ਲੈ ਕੇ ਖੇਤ ਨੂੰ ਚੱਲ ਪਏ। ਨਿੱਘੀ ਨਿੱਘੀ ਧੁੱਪ ਪੈ ਰਹੀ ਸੀ ਤੇ ਅਸੀਂ ਤੁਰੇ ਜਾਂਦੇ ਵੀ ਜਾਣੋ ਸਿਆਲ ਦੀ ਧੁੱਪ ਵਿੱਚ ਨੀਂਦ ਦਾ ਨਿੱਘ ਲੈ ਰਹੇ ਸਾਂ, ਪਰ ਦਿਲ ਵਿੱਚੋਂ ਸੜਕ ਲੰਘਣ ਦਾ ਡਰ ਚੂਹੇ ਵਾਂਗੂ ਕੁਤਰ ਰਿਹਾ ਸੀ। ਅਸੀਂ ਡਰ ਨੂੰ ਦਬਾਉਣ ਦਾ ਇੱਕ ਆਮ ਤਰੀਕਾ ਵਰਤਣਾ ਚਾਹਿਆ। ਭੈਣ ਮੈਨੂੰ ਇੱਕ ਕਹਾਣੀ ਸੁਣਾਉਣ ਲੱਗ ਪਈ। ਇੱਕ ਸੀ ਰਾਜਾ, ਉਹਦੀ ਰਾਣੀ ਮਰ ਗਈ। ਮਰਨ ਲੱਗੀ ਰਾਣੀ ਨੇ ਰਾਜੇ ਨੂੰ ਕਿਹਾ, ਤੂੰ ਮੈਨੂੰ ਇੱਕ ਕਰਾਰ ਦੇ। ਰਾਜੇ ਨੇ ਪੁੱਛਿਆ, ਕੀ? ਮੈਂ ਕਹਾਣੀ ਵੱਲ ਧਿਆਨ ਮੋੜ ਕੇ ਪਿਛਾਂ ਪਿੰਡ ਵੱਲ ਨੂੰ ਦੇਖਿਆ ਕਿ ਕਿਤੇ ਕੋਈ ਆਦਮੀ ਸਾਡੇ ਰਾਹ ਜਾਣ ਵਾਲਾ ਆ ਰਿਹਾ ਹੋਵੇ। ਤੂੰ ਸੁਣਦਾ ਨੀ ਵੀਰ? ਭੈਣ ਨੇ ਮੇਰੇ ਮੋਢੇ ਨੂੰ ਹਲੂਣ ਕੇ ਆਖਿਆ। ਨਹੀਂ, ਮੈਂ ਸੁਣਦਾ, ਮੈਂ ਭਰਾਵਾਂ ਵਾਲੀ ਗੁਸਤਾਖੀ ਨਾਲ ਜਵਾਬ। ਅੱਛਾ, ਜਦ ਉਹ ਰਾਣੀ ਮਰਨ ਲੱਗੀ ਤਾਂ ਉਸਨੇ ਰਾਜੇ ਨੂੰ ਸੱਦ ਕੇ ਕਿਹਾ, ਤੂੰ ਮੇਰੇ ਨਾਲ ਕਰਾਰ ਕਰ। ਰਾਜੇ ਨੇ ਪੁੱਛਿਆ, ਕੀ? ਰਾਣੀ ਨੇ ਕਿਹਾ, ਤੂੰ ਹੋਰ ਵਿਆਹ ਨਾ ਕਰਾਈ। ਸੱਚ ਮੈਂ ਦੱਸਣਾ ਭੁੱਲ ਗਈ, ਰਾਣੀ ਦੇ 2 ਪੁੱਤ ਤੇ 1 ਧੀ ਵੀ ਸੀਗੇ। ਸਾਨੂੰ ਰਾਜੇ ਤੇ ਰਾਣੀ ਆਪਣੇ ਮਾਂ ਪਿਓ ਵਰਗੇ ਹੀ ਭਾਸਦੇ ਸਨ। ਜੇ ਸਾਡੀ ਮਾਂ ਮਰਨ ਲੱਗੇ ਤਾਂ ਸਾਡੇ ਪਿਓ ਨੂੰ ਇਹ ਵਚਨ ਦੇਣ ਲਈ ਆਖੇ, ਇਹ ਖਿਆਲ ਸਾਡੇ ਅਚੇਤ ਮਨ ਵਿੱਚ ਕੰਮ ਕਰ ਰਿਹਾ ਹੋਵੇਗਾ। ਮੈਨੂੰ ਉਹ ਧੀ ਆਪਣੀ ਭੈਣ ਲੱਗੀ ਤੇ ਉਹਦਾ ਪੁੱਤ ਆਪਣਾ ਆਪ। ਮੇਰੀ ਭੈਣ ਪਿੰਡ ਵੱਲ ਦੇਖ ਰਹੀ ਸੀ। ਸੁਣ ਗਾਹਾਂ, ਮੈਂ ਉਸ ਨੂੰ ਪਹਿਲਾਂ ਦੀ ਤਰ੍ਹਾਂ ਖਰਵੇ ਬੋਲ ਨਾਲ ਆਖਿਆ। ਰਾਣੀ ਨੇ ਕਿਹਾ, ਬਈ ਮੇਰੇ ਪੁੱਤ ਤੇ ਧੀ ਨੂੰ ਮਤਰੇਈ ਦੁੱਖ ਦੇਊਗੀ। ਭੈਣ ਨੇ ਹੋਰ ਵੀ ਮਿੱਠੇ ਤੇ ਹੋਰ ਵੀ ਤੀਮਰਤ ਬਣ ਕੇ ਦੱਸਿਆ। ਇਸ ਲਈ ਉਸਨੇ ਰਾਜੇ ਤੋਂ ਇਹ ਕਰਾਰ ਮੰਗਿਆ। ਰਾਜੇ ਨੇ ਕਿਹਾ, ਚੰਗਾ, ਮੈਂ ਕਰਾਰ ਦਿੰਦਾ। ਜਿਵੇਂ ਕਿਤੇ ਜੇ ਰਾਜਾ ਇਹ ਕਰਾਰ ਨਾ ਦਿੰਦਾ ਤਾਂ ਰਾਣੀ ਮਰਨ ਤੋਂ ਨਾ ਕਰ ਦਿੰਦੀ। ਭਾਵੇਂ ਅਸੀਂ ਦੋਹਾਂ ਨੇ ਇਹ ਸੁਣਿਆ ਹੋਇਆ ਸੀ ਕਿ ਦਿਨੇ ਕਹਾਣੀਆਂ ਪਾਉਣ ਨਾਲ ਰਾਹ ਭੁੱਲ ਜਾਂਦੇ ਹਨ, ਅਸਾਂ ਇੱਕ ਦੂਜੇ ਨੂੰ ਇਹ ਚੇਤਾਵਨੀ ਨਾ ਕਰਵਾਈ ਤੇ ਇਹ ਸੂਝ ਨੂੰ ਆਪਣੇ ਦਿਲ ਦੇ ਵਿਚਾਰਾਂ ਤੇ ਅਸਰ ਨਾ ਕਰਨ ਦਿੱਤਾ। ਪਰ ਰਾਜੇ ਨੇ ਝੱਟ ਹੀ ਦੂਜਾ ਵਿਆਹ ਕਰਵਾ ਲਿਆ। ਪਿਛਲੇ ਮੋੜ ਤੇ ਸਾਨੂੰ ਇੱਕ ਆਦਮੀ ਆਉਂਦਾ ਦਿਸਿਆ। ਅਸੀਂ ਸੁੱਖ ਦਾ ਸਾਹ ਭਰਿਆ ਤੇ ਉਸ ਨੂੰ ਨਾਲ ਰਲਾਉਣ ਲਈ ਖਲੋ ਗਏ। ਸਾਡੀ ਬਾਤ ਵੀ ਖਲੋ ਗਈ। ਉਹ ਆਦਮੀ ਕਿਸੇ ਹੋਰ ਪਾਸੇ ਜਾ ਰਿਹਾ ਸੀ ਤੇ ਸਾਡੇ ਵੱਲ ਨਾ ਮੁੜਿਆ। ਜਿਸ ਮੰਤਵ ਨੂੰ ਪੂਰਾ ਕਰਨ ਲਈ
इस बात दा पखंड रचिया सी ओ पूरा ना हो सकिया। साडा ख्याल सी कि बात दे रुझेवे विच असी अचेत ही सड़क पार हो जावांगे, पर हुण जद सड़क घुमाऊ कु दूर रह गई तां असाडी कहानी भी ठठंबर के खलो गई। असी दोवें सहम के खलो गए। 10-20 कदम होर पुटे तां साडा डर होर वध गया। सड़क विच इक पासे एक काले सूप दी वास्कट ते पठाना वर्गा खुली सलवार वाला आदमी लम्मा पिया सी। ओ देख बीबी राशा पिया है। उस आदमी ने पासा परतिया, ए ता हिलदा है जागदा है। मेरी भैन ने सहम के आख्या, हुण की करिए, ए आपां नूं फड़ लऊ, होर की, उसने जवाब दिता। असी रात नूं घरों बाहर तां बहुत ही घट निकलदे सां, पर ए सुणिया होया सी जे डर लगे तां वाहिगुरू दा नाल लैणा चाहीदा है, फिर डर हट जांदा है। आपां वी वाहिगुरू वाहिगुरू करिए। वाहिगुरू तो तां भूत प्रेत डरदे ने, आदमी नहीं, मेरी भैन ने कहा। मैं मन गया, सड़क विच पिया राशा तां आदमी सी, ओ रब तो कद डरन लगा सी। तां फिर हुण की करिए। असी 5-7 मिंट सहम के खलोते रहे। हाले भी साडे दिल विच आस सी कि कोई आदमी इस राशे नूं डराउण वाला साडे नाल मिल आएगा, पर ए आस पूरी हुंदी ना दिसी। असी एक दूजे दे मूंह वल तकदे रहे, पर जेहे समय असी उस वेले एक दूसरे दे चेहरिया विच की लभ सकदे सां। साडा भलप्पण, साडी एकता बेकरार होए खलोते सन। कुछ मिंटां बाद मेरा रोना निकल गया। मेरी भैन ने पल्ले नाल मेरे अथरू पूंझदे आख्या, ना वीरा रोना क्यों है, आपां इत्थे खड़ोने आ, हुणे पिंडों कोई आ जाऊ। असा कुछ कदम सड़क वल पुटे, फिर खलो गए, फिर ओही 5 कदम मुड़ आए। अंत मेरी भैन नूं कुछ विचार बाद कहा, आपां कहांगे असी तां पेमी दे न्याणे है, सानू ना फड़। उसदे मूंह विचों पेमी शब्द बड़ा मिठा निकलदा हुंदा सी। हुण तां जद ओह मेरे वल झुक के मैनू ते अपने आप नूं दिलासा दे रही सी, खुद पेमी बनी हुई सी। मेरे दिल नूं ढारस बज गई। राशे नूं जद पता लगेगा कि असी पेमी दे न्याणे हाँ, ओह सानू कुछ नहीं आखेगा, नहीं पकड़ेगा। जिवें कंबदा हिरदा ते थिड़कदे पैर वाहिगुरू वाहिगुरू कहिंदे शमशान भूमि विचों गुजर जांदे हन, उवें ही असी पेमी दा नाम लै के सड़क पार हो गए। राशा उसे तरह उत्थे ही पिया रहा। यह सी कहानी पेमी दे न्याणे। आओ हुण इसे कहानी नाल जुड़े प्रश्न उत्तर कर लें। पाठ अभ्यास हेठ लिखे प्रश्नों के उत्तर दिओ। पूरा प्रश्न, लेखक अते उसकी भैन नूं बचपन विच हर रोज कित्थे जाना पैंदा सी अते क्यों? उत्तर, लेखक अते उसकी भैन नूं बचपन विच हर रोज खेत विच कर रहे अपने बापू अते कामे दी रोटी फड़ाउण लई खेत जाना पैंदा सी। एड़ा प्रश्न, बच्चियां नूं केड़ी गल पै सागर लगदी सी अते क्यों? उत्तर, बच्चियां नूं जरनैली सड़क पार करनी पै सागर लगदी सी क्योंकि उत्थे जांगलियां पठाणा वाशियां अते होर परदेसियां दा काफी लांघा सी। ईडी प्रश्न, लेखक केड़ियां गल्लां नूं नरक ते केड़ियां नूं स्वर्ग आखदा है? उत्तर, लेखक खेत अते खेडां नूं स्वर्ग आखदा है, मदरसे पढ़न जाना अते जरनैली सड़क पार करना उस नूं नरक वांग लगदे सन। सस्सा प्रश्न, लेखक अते उसदी भैन ने सड़क पार करन दे डर नूं दबाउण लई केड़ा तरीका सोचिया? उत्तर, लेखक अते उसदी भैन ने डर नूं दबाउण लई पहला कहानी सुनाउण अते फिर वाहिगुरू दा नां लै के सड़क पार करन दा तरीका सोचिया। हाहा प्रश्न, भैन भरा सड़क पार करन विच सफल किवें होए? उत्तर, जदों भैन भरा दे डर नूं दबाउण दे सारे तरीके फेल हो गए तां भैन ने कहा, आपां राशे नूं कहांगे कि सानू ना फड़, असी पेमी दे न्याणे आ। इसे तरह ओह पेमी दा नां लै के सड़क पार करन विच सफल हो गए सी। वाकां विच वरतो, मुश्किल घाटी शरण मंतव रुझेवें गुस्ताखी दिलासा ठठंबर के घात लाई खलोता। इन्हां शब्दां नूं वाकां विच वरतना है, आओ शुरू करदे हां। नंबर 1, मुश्किल घाटी। जरनैली सड़क पार करन लगा लेखक नूं मुश्किल घाटी लंघण वांग लगदा सी। नंबर 2, शरण। औखे वेले असी परमात्मा दी शरण लैंदे हां। नंबर 3, मंतव। कविता दा मंतव मनोरंजन करना हुंदा है।
नंबर 4 रुझेवें। अजकल लोगों के रुझेवें बहुत बढ़ गए हैं। नंबर 5 गुस्ताखी। सानू वड्डियां सामने बोलन की गुस्ताखी नहीं करनी चाहिए। नंबर 6 दिलासा। औखे वेले सानू एक दूजे नू हौसला ते दिलासा देना चाहिए है। नंबर 7 ठठंबर के। सप नू सामने देख के हरमन ठठंबर के खलो गया। नंबर 8 घात लई खलोता। शेर का शिकार करन लई शिकारी घात लई खलोता सी। ए सी वाकां विच वरतो। आओ हुण अगली एक्सरसाइज वल वधदे हां। औखे शब्दां दे अर्थ। पाठ विच आए कुछ औखे शब्दां दे अर्थ करांगे। सब तो पहला वीर। वीर दा भाव वीर या भरा। पठोरे। पठोरे तो भाव मेमने लेले या छेले जिन्हां नूं कह दिंदे हां। वाकुर। वाकुर दा अर्थ वांग। पैसागर। पैसागर दा अर्थ भवसागर या फिर संसार। मदरसा। मदरसा दा अर्थ स्कूल पाठशाला। करार। इकरार कौल प्रण वचन। ठठंबर के। ठठंबर के अर्थ डौर पौर हो के डर के। घुमाऊकू। घुमाऊकू का अर्थ घुमाकू अठ कनाल थां। ए सी पाठ पेमी दे न्याणे नाल जुड़े प्रश्न उत्तर अते बाकी दियां कुछ एक्सरसाइजा। उम्मीद है आप सब नू समझ विच आ गए होणगे। अज लई इन्ना ही। धन्नवाद। जेकर तुहानू साडी वीडियो पसंद आवे साडे चैनल नू लाइक करो, सबसक्राइब करो ते बैल आइकन नू प्रेस करो।